नमस्कार दोस्तों, मैं ਤੁਹਾਡਾ ਆਪਣਾ ਐਸਕੇ ਸਕਸਾਨਾ ਦਾ ਤੁਸੀਂ ਦੇਖ ਰਹੇ ਹੋ ਆਸ ਤੱਕ ਆਮਨੇ ਸਾਹਮਣੇ ਅਸੀਂ ਗੱਲ ਕਰਾਂਗੇ ਮਹਿਲਾ ਵਿੰਗ ਦੀ ਔਮਨ ਸੈਲ ਦੀ ਗੱਲ ਕਰਾਂਗੇ ਮੈਡਮ ਅਨੂ ਜੀ ਨਾਲ। ਜੈਨ ਮੈਂ ਮਹਿਲਾ ਸਬ ਇੰਸਪੈਕਟਰ ਅਨੂ ਕਲਿਆਲ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਬਤੌਰ ਮਹਿਲਾ ਲਾਇਜ਼ਨ ਆਫੀਸਰ ਤੈਨਾਤ ਆ। ਮੈਂ ਆਪ ਜੀ ਨੂੰ ਇਸ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਸੰਬੋਧਨ ਕਰਨਾ ਚਾਹੁੰਦੀ ਹਾਂ ਕਿ ਅਗਰ ਕਿਸੇ ਵੀ ਮਹਿਲਾ ਨੂੰ ਉਸਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡੋਮੈਸਟਿਕ ਵਾਇਲੈਂਸ ਜਾਂ ਉਸਦੇ ਘਰ ਜਾਂ ਉਸਦੇ ਪਰਿਵਾਰ ਜਾਂ ਉਸਦੇ ਆਂਢ ਗੁਆਂਢ ਦੁਆਰਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਤੰਗੀ ਦਿੱਤੀ ਜਾ ਰਹੀ ਹੈ, ਤਾਂ ਪੁਲਿਸ ਪ੍ਰਸ਼ਾਸਨ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹੈ। ਤੁਸੀਂ 112 ਦੇ ਉੱਤੇ ਕਿਸੇ ਵੀ ਟਾਈਮ ਫੋਨ ਕਰ ਸਕਦੇ ਹੋ ਅਤੇ ਬਣਦੀ ਕਾਰਵਾਈ ਲਈ ਅਸੀਂ ਤੁਹਾਡੇ ਕੋਲ ਮੌਕੇ 'ਤੇ ਅਪਰੋਚ ਕਰਾਂਗੇ ਅਤੇ ਤੁਹਾਨੂੰ ਪੁਲਿਸ ਮਦਦ ਮੁਹੱਈਆ ਕਰਵਾਈ ਜਾਏਗੀ। ਸਰ, ਕੋਵਿਡ-19 ਦੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਸਾਨੂੰ ਸਪੈਸ਼ਲ ਹਦਾਇਤਾਂ ਮਿਲੀਆਂ ਸੀਗੀਆਂ ਕਿ ਸੋਸ਼ਲ ਡਿਸਟੈਂਸਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਉਹਨਾਂ ਦੇ ਘਰ ਜਾ ਕੇ ਸਪੈਸ਼ਲੀ ਜੋ ਮਹਿਲਾਵਾਂ ਨੂੰ ਦਿੱਕਤਾਂ ਆ ਰਹੀਆਂ ਨੇ, ਜਿੱਦਾਂ ਕਿ ਡੋਮੈਸਟਿਕ ਵਾਇਲੈਂਸ ਦੇ ਕੇਸ ਵੱਧ ਰਹੇ ਨੇ ਕਿਉਂਕਿ ਪਰਿਵਾਰ ਇਕੱਠੇ ਰਹਿੰਦੇ ਨੇ, ਜਦੋਂ ਇਕੱਠੇ ਰਹਿੰਦੇ ਨੇ ਤਾਂ ਥੋੜ੍ਹਾ ਬਹੁਤ ਹੋ ਹੀ ਜਾਂਦਾ। ਉਸ ਦੌਰਾਨ ਸਾਡੇ ਡਿਪਾਰਟਮੈਂਟ ਨੇ ਇਸ ਸਪੈਸ਼ਲ ਟਾਈਮ ਨੂੰ ਧਿਆਨ ਵਿੱਚ ਰੱਖਦੇ ਹੋਏ 112 ਹੈਲਪਲਾਈਨ ਸ਼ੁਰੂ ਕੀਤੀ ਸੀਗੀ, ਜਿਹਦਾ ਕਿ ਅਸੀਂ 112 ਹੈਲਪਲਾਈਨ ਦਾ ਪ੍ਰਚਾਰ ਗੁਰਦੁਆਰਿਆਂ ਮੰਦਰ ਦੇ ਵਿੱਚ ਅਨਾਊਂਸਮੈਂਟ ਕਰਵਾ ਕੇ ਵੀ ਕਰਵਾਇਆ ਸੀ।